ਇੱਧਰ ਆਓ, ਕਿੱਧਰ ਚੱਲੇ ਹੋ? ਇੱਕ ਮਿੰਟ ਇੱਧਰ ਆਓ, ਹੁਣ ਡਰਦੇ ਆ ਤੁਸੀਂ ਕਿੱਥੇ ਜਾ ਰਹੇ ਹੋ? ਇੱਧਰ ਇੱਧਰ, ਉਹ ਆਪਾਂ ਨੂੰ ਰਾਹ ਨਹੀਂ ਲੱਭਣ ਡਿਆ। ਮੰਮੀ ਦਾ ਬਰਥਡੇ ਆ, ਪਾਪਾ ਨੇ ਵਿਸ਼ ਨਹੀਂ ਕੀਤੀ। ਆਓ ਪਾਪਾ ਦੀ ਕਲਾਸ ਆਈਏ। ਇੱਧਰ, ਹਾਂਜੀ ਹਾਂਜੀ, ਤੁਹਾਨੂੰ ਪਤਾ ਅੱਜ ਕੀ ਹੈ? ਪਤਾ ਮੰਨੀ ਕੀ ਹੈ? ਤੇ ਤੁਸੀਂ ਵਿਸ਼ ਨਹੀਂ ਕੀਤੀ? ਬਸ ਕੋਈ ਲੈਣਾ, ਮਤਲਬ ਤੀਜਾ ਬੰਦਾ ਆ ਕੇ ਵਿਸ਼ ਕਰਦੇ ਹੈ ਨਾ। ਬਿਲਕੁਲ ਤੋਂ ਮੈਂ ਤੇ ਸੁਮਨ ਆਪਾਂ ਸੋਚ ਰਹੇ ਹਾਂ ਸਰਪ੍ਰਾਈਜ਼ ਹੈ ਨਾ ਮੰਮੀ ਨੂੰ, ਅਤੇ ਆਪਾਂ ਹੁਣ ਮੌਲ ਆਏ ਹਾਂ, ਮੌਲ 'ਚੋਂ ਆਪਾਂ ਕੁਛ ਮੰਮੀ ਲਈ ਗਿਫਟ ਲਵਾਂਗੇ, ਅਤੇ ਜਿਹੜਾ ਕੇਕ ਹੈਗਾ ਉਹ ਆਲਰੇਡੀ ਪਿੱਕ ਕਰ ਲਿਆ ਹੋਇਆ, ਅਤੇ ਸਰਪ੍ਰਾਈਜ਼ ਥੋੜ੍ਹਾ ਡਿਫਰੈਂਟ ਕਰਨਾ ਆਪਾਂ, ਅਤੇ ਉਹ ਤੁਹਾਨੂੰ ਹੌਲੀ ਹੌਲੀ ਨਾਲ ਨਾਲ ਦਿਖਾਵਾਂਗੇ। ਠੀਕ ਹੈ ਠੀਕ ਹੈ, ਦੋ ਚੀਜ਼ਾਂ ਚੱਕ ਲਈਆਂ, ਆਹ ਸੋਹਣੀਆਂ ਲੱਗੀਆਂ, ਆਹ ਵਧੀਆ, ਆਹ ਵਾਲੀ ਰਾਈਡ ਵਾਲੀ ਕੇਕ ਦੇ ਉੱਤੇ ਲਾਉਣ ਲੱਗੀ, ਲਾਉਣ ਲਈ ਕੈਂਡਲ, ਅਤੇ ਆਹ ਆਹ ਵੀ ਸੋਹਣਾ ਬਰਥਡੇ ਗਰਲ ਦਾ। ਚਲੋ ਦੇਖਦੇ ਹਾਂ ਸੁਮਨ ਹੁਣ ਕੁਛ ਮਿਲਿਆ ਕਿ ਨਹੀਂ ਮਿਲਿਆ। ਮੈਂ ਤੇ ਬਾਬਾ ਪਲਾਨ ਕਰਦੇ ਮੈਂ ਕੇਕ ਰੱਖੀ ਕਿੱਦਾਂ ਹੁਣ ਲੈ ਕੇ ਕਿੱਦਾਂ ਜਾਣਾ, ਮੈਂ ਨਾ ਮੰਮੀ ਨੂੰ ਦਿਖਾਏ ਹੈਂ ਲਿਫਾਫਾ, ਇਹਦੇ ਉੱਤੇ ਕੋਈ ਬਲੈਕ ਲਿਫਾਫਾ ਦੇਖਦੇ ਹਾਂ, ਉਹੀ ਰੱਖ ਦਿੰਦੇ ਹਾਂ, ਫਿਰ ਸੁਮਨ ਅੱਗੇ ਬਹਿ ਜਾਏਗੀ। ਜਾਂ ਤੁਸੀਂ ਬਹਿ ਜਾਓ, ਜਾਂ ਤੁਸੀਂ ਬਹਿ ਜਾਓ, ਪਹਿਲਾਂ ਹੀ ਤੁਸੀਂ ਪਹਿਲਾਂ ਹੀ ਬਹਿ ਜਾਓ। ਨਹੀਂ ਤੁਸੀਂ ਤੁਸੀਂ ਬਹਿ ਜਾਓ, ਪਤਾ ਲੱਗਣਾ ਨਹੀਂ, ਪਤਾ ਲੱਗਣਾ ਮੰਮੀ ਬਹੁਤ ਤਾਣੀ, ਨਹੀਂ ਸ਼ੈਤਾਨ ਸ਼ੈਤਾਨ ਕੀ ਇਲੂ ਬਨਾਟੀ ਹੈ, ਨਹੀਂ ਕੋਈ ਗੱਲ ਨਹੀਂ, ਬਸ ਇੱਦਾਂ ਰੱਖਣਾ। ਹਾਂ ਪਾਪਾ ਨੂੰ ਪਹਿਲਾਂ ਹੀ ਬਿਠਾ ਦਿੱਤਾ, ਹਾਂ ਇੱਦਾਂ ਠੀਕ ਹੈ, ਓਕੇ। ਆ ਜਾ ਫੜ ਲਓ, ਕਿਆ ਮਾਤਾ, ਆਹ ਕੰਮ ਤਾਂ ਹੋ ਗਿਆ ਸੈੱਟ, ਅਤੇ ਬਸ ਹੁਣ ਰੈਡੀ ਹੁੰਦੇ ਪਏ, ਮੈਂ ਰੈਡੀ ਹੋ ਗਿਆ ਅਤੇ ਸੂਰਜ ਭਾਈ ਰੈਡੀ ਹੋ ਗਏ, ਅਤੇ ਬਸ ਹੁਣ ਲੁਕ ਲੁਕ ਲਾ ਕੇ ਅਤੇ ਚਲੀਏ। ਗਰਾਜ ਨੂੰ ਮਹਾਰਾਜ ਦੀ ਡਰਾਤਾ ਯਾਰ, ਤੁਸੀਂ ਮੈਨੂੰ ਡਰਾਤੇ। ਹਾਂ ਹੋਰ, ਮੈਂ ਬੂਹਾ ਖੋਲਿਆ ਨੀ, ਭਾਈ ਨੇ ਪਹਿਲੀ ਖੋਲਤਾ। ਚਲੋ 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 ਚਲੋ, ਆਹ ਲਾਈਟਾਂ ਬੰਦ ਕਰ ਲਓ, ਹੋ ਗਈ ਰੈਡੀ, ਸਰੋਜਨੀ ਮਾਰਕੀਟ, ਸ਼ੇਖਾ ਬਾਜ਼ਾਰ, ਮੀਨਾ ਬਾਜ਼ਾਰ, ਜੋਤੀ ਚੌਂਕ। ਚਲੋ ਆ ਜਾਓ, 250 250 250। ਚਲੋ ਜੀ ਚੱਲੀਏ ਸੱਤੇ ਜੀ, ਕੰਮ ਸੱਤੇ, ਓਕੇ ਓਕੇ, ਚਲੋ ਜੀ ਚਲੋ ਜੀ ਚਲੋ, ਨਾਲ ਮੰਮੀ ਕਿਤਾਬ ਪੜ੍ਹਦੇ ਜਾਓ, ਠੀਕ ਹੈ ਜੀ, ਓਕੇ।
ਫੋਟੋਆਂ ਪਾਉਣੀਆਂ। ਚਲ ਸੁਣ ਗਾਣਾ ਸੁਣਾਉਣ ਲੱਗੀ ਆ। ਹੁਣ ਨੀ ਨਿਕਲ ਰਹੇ ਆ ਕਰੋ। ਕਿਆ ਬਾਤ ਹੈ, ਪਨੀਰ ਬਟਰ ਮਸਾਲਾ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਪ੍ਰਿੰਸੈਸ ਪ੍ਰਿੰਸੈਸ। ਹਾਏ ਕਿਆ ਬਾਤ ਹੈ, ਅੱਗ ਨਹੀਂ ਆਉਂਦਾ ਕਿਸੇ ਨੂੰ ਵੀ ਹੈਪੀ ਬਰਥਡੇ ਤੋਂ ਅੱਗੇ। ਹੈਪੀ ਬਰਥਡੇ। ਕਿੰਨੇ ਸਾਲ ਦੇ ਹੋ ਗਏ? ਉੱਚੀ ਬੋਲੋ ਉੱਚੀ। 16 ਤਾਂ ਨਹੀਂ ਲੱਗਾ ਪਾਪਾ? ਪਾਪਾ ਕਹਿੰਦੇ ਮੇਰਾ 16 ਲੱਗਾ। 52 ਕਿਆ ਬਾਤ ਹੈ, ਵੈਰੀ ਨਾਈਸ ਲੱਕੀ 52। ਪਹਿਲੀ ਵਾਰੀ 5 ਜਣੇ ਆਏ ਆ ਗਰੋਸਰੀ ਕਰਨ, ਨਹੀਂ ਤਾਂ ਮੈਂ ਤੇ ਸੁਮਨ ਆਈਦਾ। ਇੱਧਰ ਸੁਮਨ, ਮੰਮੀ, ਭਾਜੀ, ਪਾਪਾ ਅਤੇ ਮੈਂ ਸਿੱਧਾ ਹੀ ਰੈਸਟੋਰੈਂਟ ਤੋਂ ਬਾਅਦ ਸਿੱਧਾ ਹੀ ਇੱਧਰ ਆ ਗਏ ਕਿ ਨਾਲੇ ਆ ਕਿ ਚਲੋ ਥੋੜ੍ਹਾ ਜਿਹਾ ਡਾਇਜੈਸਟ ਹੋ ਜੂਗਾ ਤੁਰ ਕੇ। ਇੱਧਰ ਇਹਨਾਂ ਦੀ ਲੜਾਈ ਚੱਲਦੀ ਪਈ ਆ ਕਿਹੜੀ ਸਬਜ਼ੀ ਲਈ ਕਿਹੜੀ ਨਾ। ਆਂਵਲਾ, ਆਂਵਲਾ ਫਰੂਟ ਮੈਂ ਸਾਊਥ ਇੰਡੀਆ 'ਚ ਖਾਧਾ ਸੀ, ਬੜਾ ਸਵਾਦ ਹੁੰਦਾ, ਜੈਕ ਫਰੂਟ ਆ। ਮਸ਼ਰੂਮ ਵੀ 3-4 ਤਰ੍ਹਾਂ ਦੇ ਨੇ, ਕੁਛ ਨਹੀਂ ਸਮਝ ਲੱਗੀ। ਹਾਂ ਸਮਝ ਲੱਗੀ, ਠੀਕ ਹੈ। ਨਹੀਂ ਸਮਝ ਲੱਗੀ ਕੋਈ ਨਹੀਂ, ਮੈਨੂੰ ਦੁਬਾਰਾ ਨਾ ਪੁੱਛਿਓ। ਮੰਮੀ ਨੂੰ ਗੱਲਾਂ ਕਿੱਥੋਂ ਆਉਂਦੀਆਂ, ਮੰਮੀ ਆਪ ਵੀ ਲੋਕ ਬੜੇ ਦੇਖਦੇ ਨੇ। ਆਹ ਕਿੰਨੇ ਸੋਹਣੇ ਰੰਗ ਆ, ਕਿੰਨੇ ਸੋਹਣੇ ਰੰਗ ਹੈਗੇ ਆ। ਮੰਮੀ ਆਹ ਤੁਹਾਨੂੰ ਯਾਦ ਆ ਆਹ ਵਾਲੇ ਆਪਾਂ ਅੰਗੂਰ ਆਪਾਂ ਪਹਿਲੀ ਵਾਰੀ ਕਿਹਦੇ ਖਾਧੇ ਸੀ? ਹਾਂ ਜਿਹੜਾ ਦਿੱਲੀ ਤੋਂ ਸਕੈਮ ਕਰਕੇ ਆਏ ਸੀ 3.5 ਲੱਖ ਦਾ। ਇੱਕ ਨਾ ਸਾਡੇ ਘਰ ਸਾਡੇ ਘਰੇ ਨਾ ਇੱਕ ਸਕੈਮ ਹੋਇਆ ਸੀਗਾ ਦਿੱਲੀ ਤੋਂ ਕੋਈ, ਸਾਡੇ ਘਰੇ ਨਹੀਂ, ਸਾਡੇ ਕੋਲ ਦਿੱਲੀ ਤੋਂ ਕੋਈ ਸਕੈਮ ਕਰਕੇ ਆਇਆ ਸੀਗਾ ਜਲੰਧਰ, ਅਤੇ ਸਾਨੂੰ ਨਹੀਂ ਪਤਾ ਸੀ ਉਹ ਸਕੈਮ ਕਰਕੇ ਆਏ ਹੋਏ ਨੇ 3.5 ਲੱਖ ਦਾ, ਅਤੇ ਉਹਨਾਂ ਪਿੱਛੇ ਪੁਲਿਸ ਪਈ ਹੋਈ ਆ। ਇਹ ਹੈਗੀ ਹੈ ਘੱਟੋ ਘੱਟ 2009-10 ਦੀ ਗੱਲ ਹੋਣੀ ਆ, ਅਤੇ ਉਹਨਾਂ ਨੇ ਪਹਿਲੀ ਵਾਰੀ ਆਹ ਅੰਗੂਰ ਖਵਾਏ ਸੀਗੇ, ਅਤੇ ਮੈਨੂੰ ਜਦੋਂ ਵੀ ਮੈਂ ਖਾਂਦਾ ਮੈਨੂੰ ਉਹ ਚੀਜ਼ ਯਾਦ ਆ ਜਾਂਦੀ ਆ ਕਿ ਹਾਂ ਸਾਡੇ ਘਰੇ ਕੋਈ ਕਿਸੇ ਨੇ ਸਕੈਮਰ ਆਏ ਸੀ ਸਾਡੇ ਘਰ ਰੈਂਟ 'ਤੇ ਰਹਿਣ। ਆਹ ਛੱਲੀ ਖਾਣੀ ਹੈ, ਨਹੀਂ ਛੱਲੀ ਖਾਣੀ, ਛੱਲੀ 50 ਸੈਂਟ ਦੀ ਇੱਕ ਲੱਗੀ ਹੋਈ ਆ, ਇਹਨੂੰ ਉਬਾਲ ਕੇ ਖਾਣਾ ਬਹੁਤ ਸਵਾਦ ਲੱਗਦੀ ਆ, ਇੰਡੀਆ ਦੀ ਯਾਦ ਆ ਜਾਂਦੀ ਆ ਉਬਾਲ ਕੇ। ਹਾਂ ਉਬਾਲੀ ਜਾਂਦੀ ਆ। ਹਾਂ ਇਹ ਹਾਂ ਹਾਂ ਆਓ ਜਦੋਂ ਬਾਰਬੀਕਿਊ ਕਰਾਂਗੇ ਉਦੋਂ ਛੱਲੀ ਭੁੰਨਾਂਗੇ ਨਾਲ, ਅਤੇ ਹੁਣ ਤਾਂ ਉਬਾਲ ਕੇ ਖਾਵਾਂਗੇ, ਬਹੁਤ ਸਵਾਦ ਲੱਗਦੀ ਆ। ਹਾਂ ਵੈਜੀਟੇਬਲਸ ਉਬਾਲ ਕੇ ਨਾ ਮੈਂ ਖਾਂਦਾ, ਬਹੁਤ ਸਵਾਦ ਲੱਗਦੀ। ਹਾਂ ਕਾਲੀ ਮਿਰਚ ਲਵਲੀ ਦੀ ਬੋਟੀ ਲੈਂਦੀ ਰੇੜੀ ਚਲਾ। ਆਜੋ 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 ਆਜੋ, ਇੰਨੀ ਗਰੋਸਰੀ ਕੀਤੀ ਹੈ ਅਤੇ ਹੁਣ ਆਪਾਂ ਸਾਰਿਆਂ ਨੇ ਗੈਸ ਹੀ ਲਾਇਆ, ਅਤੇ ਮੰਮੀ ਨੇ ਲਾਇਆ ਕਿ ਕਿੰਨੇ, $200? 170 ਪਹਿਲਾਂ ਮੰਮੀ ਨੇ ਕਿਹਾ, 180 ਇੱਕ, ਨਹੀਂ 180 ਬਾਬਾ ਤੁਹਾਡਾ ਕਿੰਨਾ ਸੀਗਾ? 170 ਭਾਅ ਜੀ ਤੁਹਾਡਾ ਕਿੰਨਾ ਸੀ? 237 ਅਤੇ ਸੁਮਨ ਤੁਹਾਡਾ ਕਿੰਨਾ ਸੀ ਗੈਸ? 210 ਅਤੇ ਮੇਰਾ ਸੀਗਾ 200।
ਦੇਖਦੇ ਹਾਂ ਕਿ ਕਿੰਨੇ ਪੈਸੇ ਲੱਗਦੇ ਨੇ। ਸੋ ਭਾਜੀ ਵੀ ਹਾਰ ਗਏ, ਸਾਰੇ ਜਿਹੜੇ ਹਾਰ ਗਏ ਪੂਰੇ ਪੈਸੇ ਲੱਗੇ ਨੇ ਤੁਹਾਨੂੰ ਦਿਖਾਉਣਾ, $249 ਅਤੇ 49 cents, $250, $250 ਕਲੋਜ਼ੈਸਟ ਭਾਜੀ ਸੀ। ਮੈਨੂੰ ਇੰਨਾ ਸੀਗਾ 200 ਤੋਂ ਪਾਰ ਚੱਲ ਜਾਣਗੇ, ਜਾਂ ਉਹ ਪੇ ਤੇ ਕਰ ਦਿਓ, ਪੇ ਤੇ ਕਰ ਦਿਓ, ਇੰਨਾ ਵੱਡਾ ਬਿੱਲ, ਹਾਏ ਮੇਰਾ ਦਿਲ। ਓਹੋ ਆਜੋ 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 ਆਜੋ, ਹਾਂ ਹਾਂ ਉਦੋਂ ਇੰਨਾ ਰਾਸ਼ਨ ਬਣਦਾ, ਹਾਂ ਹੱਥ ਤੇ ਕਰ ਲਏ ਸੀ ਉਹ ਕਦੇ ਜਾਣ ਦਿੰਦੇ ਨੇ ਤਾਂ। ਹਾਂ ਜੇ ਸ਼ੂਗਰ ਸ਼ੂਗਰ ਛੱਡ ਦਿੰਦੇ ਫਿਰ ਫਿਰ ਪੂਰੇ 240 ਬਣ ਜਾਣੇ ਸੀ। ਹਾਂ ਹਾਂ